ਅਸਲਾਮ ਵਾਲੇਕੁਮ ਦੋਸਤੋ ਦੋਸਤੋ ਰੰਧਾਵਾ ਵਲੋਗ ਯੂਟਿਊਬ ਚੈਨਲ 'ਤੇ ਖੁਸ਼ ਆਉਂਦੀ। ਹਾਂਜੀ, ਉਮੀਦ ਕਰਦੇ ਤਮਾਮ ਦੋਸਤ ਠੀਕ ਠਾਕ ਹੋਣਗੇ। ਹਾਂਜੀ ਦੋਸਤੋ, ਸੀਜ਼ਨ ਦੀ ਪਹਿਲੀ ਵੀਡੀਓ ਆ ਜੀ ਥ੍ਰੈਸ਼ਰ ਦੀ, ਅਤੇ ਥ੍ਰੈਸ਼ਰ 4 ਫੁੱਟ ਲੋਕਲ ਕੰਪਨੀ ਦੀ ਬਣੀ, ਅਲ ਮਦੀਨਾ ਵਾਲਿਆਂ ਦੀ, ਸਰਗੋਦੇ ਦੀ ਜਾਂ ਗੋਜਰੇ ਦੀ ਨਹੀਂ ਆ। ਅਤੇ ਟਰੈਕਟਰ ਆਏ ਦੇ ਅੱਗੇ ਫੀਅਟ 480 ਪੁਰਾਣਾ ਮਾਡਲ, ਅਤੇ ਤੁਹਾਨੂੰ ਟਰੈਕਟਰ ਦੀ ਕਾਰਗਰਦਗੀ ਚੈੱਕ ਕਰਵਾਉਂਦੇ ਹਾਂ ਜੀ। ਇਹ ਵੀ ਦਿਖਾ ਦਿੰਦੇ ਆ ਜਿਹੜੀ ਫਰੈਸ਼ਰ ਆ, ਦਾਣੇ ਵਗੈਰਾ ਕਿੱਦਾਂ ਕੱਢਣ ਡਈ ਆ, ਮੁਕੰਮਲ ਅਪਡੇਟ ਜਿਹੜੀ ਆ ਉਹ ਦਿੰਦੇ ਹਾਂ। ਅਤੇ ਬਾਕੀ ਜਿਹੜੀ ਫਰੈਸ਼ਰ ਆ ਗੰਦਾ ਵਾ, ਬਿਲਕੁਲ ਗਿੱਲੀ ਆ ਔਰ ਗਿੱਲਾ ਨਾੜ ਵਾ, ਥੱਲਿਓ ਕਹਿ ਲਓ ਜਿਹੜੀ ਪੈਲੀ ਦੇ ਵਿੱਚ ਲੱਗੀ ਆ, ਪੈਲੀ ਵਿੱਚ ਪੂਰੀ ਤਰ੍ਹਾਂ ਸੁੱਕੀ ਨਹੀਂ ਆ, ਕਿਉਂਕਿ ਸੁਬਹਾ ਸੁਬਹਾ ਹਲਕੀ ਹਲਕੀ ਬਾਰਿਸ਼ ਹੋਈ ਆ, ਐਂ ਬੇਮੂਲੀਆਂ ਸ਼ਿਕਾ ਪਈਆਂ ਵਾ। 5-4 ਦਿਨ ਪਹਿਲਾਂ ਚੰਗੀ ਖਾਸੀ ਬਾਰਿਸ਼ ਹੋਈ ਸੀ, ਅਤੇ ਇਹ ਵੀ ਜਲਦੀ ਗੰਦਮ ਜਿਹੜੀ ਨਹੀਂ ਸੁੱਕਦੀ, ਕੁਛ ਵੈਸੇ ਵੀ ਗੰਦਮ ਦੇ ਨਾੜ ਦੇ ਵਿੱਚ ਹਲੇ ਨਵੀਂ ਹੈ ਸੀ। ਅਤੇ ਬਾਕੀ ਦੋਸਤਾਂ ਨੂੰ ਕਾਰਗਰਦਗੀ ਟਰੈਕਟਰ ਨੂੰ ਚੈੱਕ ਕਰਵਾਉਂਦੇ ਹਾਂ, ਟਰੈਕਟਰ ਡਿਆ ਮਾਸ਼ਾਅੱਲਾ ਗੇੜਨ ਥ੍ਰੈਸ਼ਰ ਨੂੰ। ਅਗਰ ਵੀਡੀਓ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਕਰ ਦਿਓ, ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਪਾਕਿਸਤਾਨ ਨਾਲ ਗੱਲਬਾਤ ਕਰਦੇ, ਜਿਹੜਾ ਮਾਲਕ ਆ ਥ੍ਰੈਸ਼ਰ ਟਰੈਕਟਰ ਦਾ, ਉਹ ਖੁਦ ਚੀਜ਼ ਨਹੀਂ ਲਾਉਣ ਡਿਆ ਵਾ। ਬਾਕੀ ਨਾਲ ਜਿਹੜਾ ਬਿਲਕੁਲ ਪੀਲਾ ਵਾਲੇ ਹਾਥੀ ਨਾਲ ਵੀ ਨਹੀਂ ਗੁਜ਼ਰ ਡਿਆ। ਬਾਕੀ ਫਿਰ ਵੀ ਇਹ ਟਰੈਕਟਰ ਚੰਗਾ ਕੰਮ ਕਰ ਲੈਂਦਾ, ਆਪਣਾ ਬੂਟਾ ਲਾਉਣ ਡਿਆ ਜੀ। ਪਰ ਉਹ ਗੱਲ ਜੀ, ਟਰੈਕਟਰ ਦੀ ਪੂਰੀ ਪੰਪ ਨਿਕਲ ਰਹੀ ਆ,
ਪੂਰੇ ਤਿਲ ਦੇ ਨਾਲ ਟਰੈਕਟਰ ਜਿਹੜਾ ਵਾ ਉਹ ਕਣਕ ਨੂੰ ਵਾਹੁਣ ਡਿਆ ਵਾ, ਕਿਉਂਕਿ ਕਣਕ ਕਿੱਲੀ ਆ। ਆਹ ਗੱਲ ਸੁਣੀ, ਆਹ ਨਾਰਮ ਰੋੜ ਕੇ ਦਿਖਾਲੀ, ਤੋੜ ਕੇ ਦਿਖਾਲੀ। ਆ ਲਓ ਜੀ ਹੱਥ ਦੇ ਨਾਲ ਨਾ ਚਿੱਤਰ ਨੀ ਡਿਆ ਦੇਖ ਲਓ, ਯਾਨੀ ਕਿ ਚਾਰ ਵਾਰੀ ਭਾਅ ਨੇ ਮਰੋੜਿਆ ਨਾ ਚਿੱਤਰ ਨੀ ਡਿਆ। ਬਾਕੀ ਭਾਈ ਇਹ ਟਰੈਕਟਰ ਦੀ ਬਹਾਦਰੀ ਮੈਂ ਸਮਝਦਾ, ਇਹਦਾ ਟਰੈਕਟਰ ਫਰੈਸ਼ ਆ, ਇਹਦਾ ਗੰਦਮ ਕੱਢਣ ਡਿਆ ਵਾ। ਬਾਕੀ ਟਰੈਕਟਰ ਗਰਮ ਕੋਈ ਨੀ ਹੋਇਆ, ਮਾਸਾ ਵੀ ਪਾਣੀ ਬਿਲਕੁਲ ਨਾਰਮਲ ਆ ਟਰੈਕਟਰ ਦਾ, ਕਿਉਂਕਿ ਛੋਟਾ ਵੀ ਇੱਥੇ ਵੱਡਾ ਵੀ ਇਹ ਟਰੈਕਟਰ ਇਹ ਗਰਮ ਨਹੀਂ ਹੁੰਦੇ। ਇੱਥੇ ਕੋਈ ਵੀ ਹੋਰ ਟਰੈਕਟਰ ਹੁੰਦਾ ਉਹਨੂੰ ਪਾਣੀ ਬਾਲ ਬਾਲ ਬਾਹਰ ਮਾਰਨਾ ਸੀ। ਬਾਕੀ ਬਹਾਦਰੀ ਹੈ ਟਰੈਕਟਰ ਦੀ, ਟਰੈਕਟਰ ਮਾਸ ਚਲਾ ਜਿਹੜਾ ਵਾ ਉਹ ਫਰੈਸ਼ ਚਲਾਉਣ ਡਿਆ, ਦੇਖ ਲਓ।